ਪਾਣੀ ਵਾਲਾ ਸ਼ਹਿਰ ਅੱਜ ਅੱਧਾ ਘੰਟਾ ਗੱਡੀ ਚਲਾਈ ਆ ਤੇ ਕੈਪੂਚੀਨੋ ਕਹਿੰਦੇ ਪੀਣੀ ਆ ਹੁਣ ਮਿੱਠੀ ਆ ਪਾਣੀ ਚ ਚਲ ਜਾਣਾ ਥੋੜੇ ਚਿਰ ਸਰ ਮਿੱਤਰਾਂ ਨੂੰ ਦੱਸਿਓ ਨੇ ਹਰਜੀਤ ਐਡਵੈਂਚਰਸ ਪਾਣੀ ਵਾਲੇ ਸ਼ਹਿਰ ਚ ਸਾਡੀ ਹੋ ਗਈ ਆ ਐਂਟਰੀ ਅੱਜ ਦੀ ਜਿਹੜੀ ਵੀਡੀਓ ਆਪਾਂ ਪਾਉਣੀ ਆ ਇਹਦਾ ਕਿੰਨੇ ਲਾਈਕ ਟਾਰਗੇਟ ਤੁਸੀਂ ਦਿਓਗੇ ਸਾਨੂੰ ਕਾਰਨੀਵਲ ਫੈਸਟੀਵਲ ਬਹੁਤ ਫੇਮਸ ਹੈ ਆਪਣੀ ਹੋਣ ਵਾਲੀ ਧਰਮ ਪਤਨੀ ਦੇ ਨਾਲ ਪਰ ਰਾਗੀ ਜਥਿਆਂ ਦਾ ਬਜਟ ਰੱਖਣਾ 10,000 ਯੂਰੋ ਦਾ ਘੱਟੋ ਘੱਟ ਰਿਆਲ ਤੋਂ ਬ੍ਰਿਜ ਵੈਸੇ ਉਹੀ ਆ ਉਹ ਸਾਹਮਣੇ ਵਾਲਾ ਨਹੀਂ ਆਪਾਂ ਚੀਟ ਨਹੀਂ ਕਰਨਾ ਭਾਜੀ ਦੇਖ ਲਓ ਮੇਰੇ ਲਈ ਇਕੱਲੇ ਲਈ ਬਹੁਤ ਆ ਉਹ ਨਹੀਂ ਭਰਾਵਾ ਉਹ ਨਹੀਂ ਨਹੀਂ ਮੈਂ ਆਹ ਧੱਕੇ ਨਾਲ ਯਾਰ ਫੋਟੋ ਖਾ ਕੇ ਦੇਖ ਵੀ ਨਾ ਭਾਜੀ ਕਹਿੰਦੇ ਚੀਟ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਵੈਲਕਮ ਬੈਕ ਔਨ ਮਾਈ ਚੈਨਲ ਮੈਂ ਹਾਂ ਹਰਜੀਤ ਸਿੰਘ ਤੇ ਮੈਂ ਜਾ ਰਿਹਾ ਜੀ ਆਸਟ੍ਰੀਆ ਟੂ ਇੰਡੀਆ ਬਾਈ ਰੋਡ ਵਿਦ ਮਾਈ ਕੈਂਪਰ ਐਂਡ ਮਾਈ ਫੂਡ ਰੇਂਜਰ ਅੱਜ ਆਪਾਂ ਚੱਲੇ ਹਾਂ ਵੈਨਿਸ ਸਿਟੀ ਨੂੰ ਐਕਸਪਲੋਰ ਕਰਨ ਲਈ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਇੱਕ ਪਾਣੀ ਵਾਲਾ ਸ਼ਹਿਰ ਤੇ ਮੇਰੇ ਨਾਲ ਜਾ ਰਹੇ ਨੇ ਅੱਜ ਵੀ ਵੀਰ ਅਨਿੰਦਰ ਸਿੰਘ ਇਹ ਸਿਟੀ ਨੂੰ ਐਕਸਪਲੋਰ ਕਰਾਉਣ ਵਾਸਤੇ ਤੇ ਨਾਲ ਲੈ ਕੇ ਜਾ ਰਹੇ ਹਾਂ ਆਪਾਂ ਇਹ ਕਾਰ ਅਨਿੰਦਰ ਸਿੰਘ ਵਾਲੀ ਕੈਂਪ ਨੂੰ ਆਪਾਂ ਇੱਥੇ ਰੋਕ ਦੇਣਾ ਸੋ ਕਰੀਏ ਫਿਰ ਬਿਨਾਂ ਕਿਸੇ ਦੇਰੀ ਤੋਂ ਵੈਨਿਸ ਸਿਟੀ ਨੂੰ ਐਕਸਪਲੋਰ ਸਿੰਘ ਸਾਹਿਬ ਕੈਮਰੇ 'ਚ ਬੈਠੀ ਰਹਿਣਾ ਗੱਡੀ ਚਲਾਓ ਆਣ ਕੇ ਗੱਡੀ ਕਿੰਨੇ ਚਲਾਉਣੀ ਉੱਥੇ ਕੈਮਰੇ ਦੇ ਗਾੜੀ ਬੈਠੇ ਹੋਏ ਮੈਂ ਕਿਹਾ ਯਾਰ ਆ ਜਾਓ ਆ ਜਾਓ ਆ ਜਾਓ ਕਹਿੰਦੇ ਸਿਨੇਮੈਟਿਕ ਸ਼ਾਟ ਚੱਕਣਾ ਇੱਧਰੋਂ ਉੱਧਰੋਂ ਪਤਾ ਨਹੀਂ ਯਾਰ 4-5 ਰੀਟੇਕ ਲਏ ਇੰਨੇ ਰੀਟੇਕ ਤੇ ਮੈਂ ਲੈਂਦਾ ਨਹੀਂ ਪਹਿਲਾਂ ਲਿਆ ਆਵਾਜ਼ ਨਹੀਂ ਆਈ ਮਾਈਕ ਨਹੀਂ ਕਨੈਕਟ ਹੋਏ ਐਕਚੁਅਲ 'ਚ ਅੱਜ ਜਿਹੜਾ ਪ੍ਰੋਗਰਾਮ ਸੀ ਨਾ ਆਪਣਾ ਉਹ ਸੀਗਾ ਆਪਾਂ ਇੱਕ ਟੂਰ ਬੁੱਕ ਕੀਤਾ ਸੀ ਸ਼ਿਪ ਦਾ ਉਹ 6.5 ਘੰਟੇ ਦਾ ਟੂਰ ਸੀ ਉਹਨੇ ਆਈਲੈਂਡ ਤੇ ਇੱਧਰ ਉੱਧਰ ਖੜਨਾ ਸੀ ਸਾਨੂੰ 3 ਟਿਕਟਾਂ ਆਪਾਂ ਕੀਤੀਆਂ ਸੀ ਬੁੱਕ ਉਹਦੀਆਂ ਬਟ ਰਾਤੀ ਸਾਡਾ ਪ੍ਰੋਗਰਾਮ ਬਣਿਆ ਵੀ ਯਾਰ ਨਹੀਂ ਆਪਾਂ ਨਹੀਂ ਇੰਨੀ ਅਰਲੀ ਨਿਕਲਣਾ ਇੱਥੋਂ ਕਿਉਂਕਿ ਉਹਦੇ ਵਾਸਤੇ ਸਾਨੂੰ 6 ਵਜੇ ਘਰੋਂ ਨਿਕਲਣਾ ਪੈਣਾ ਸੀਗਾ ਤੇ ਮੈਂ ਕਿਹਾ ਯਾਰ ਛੱਡੋ ਪਰਾਂ ਕੋਈ ਨਾ ਆਰਾਮ ਨਾਲ ਚੱਲਦੇ ਹਾਂ ਦੇਖੋ 6 ਵਜੇ ਹੁਣ ਆਪਾਂ ਬਿਲਕੁਲ ਰਿਲੈਕਸ ਹਾਂ ਇਸ ਟਾਈਮ ਬਾਡੀ ਰਿਲੈਕਸਡ ਆ ਠੀਕ 11:30 ਵੱਜ ਗਿਆ ਬਟ ਇਟਸ ਓਕੇ ਯਾਰ ਕੋਈ ਐਂ ਥੋੜ੍ਹੀ ਕੋਈ ਹਰ ਥਾਂ ਕਿਉਂਕਿ ਕੱਲ੍ਹ ਤੇ ਇੱਕ ਅਪੁਆਇੰਟਮੈਂਟ ਸੀ ਕਿ ਉੱਥੋਂ ਸਾਰਿਆਂ ਨੇ ਇਕੱਠੇ ਜਾਣਾ ਸੀ ਆਪਾਂ ਸੋ ਇਹ ਵੈਨਿਸ ਸਿਟੀ ਐਕਸਪਲੋਰ ਕਰਨੀ ਆ ਠੀਕ ਹੈ ਯਾਰ ਕਰ ਲੈਣੀ ਆਪਾਂ ਤੋ ਆਈਲੈਂਡ ਤੇ ਜੇ ਕਿਤੇ ਦਿਲ ਕਰੇਗਾ ਚੱਲ ਜਾਾਂਗੇ ਉੱਥੇ ਕੀ ਜਦੋਂ ਮਰਜ਼ੀ ਸ਼ਿਫਟ ਕਰ ਲਾ ਤੇ ਟੀਮ ਨੂੰ ਪਹਿਲਾਂ ਹੀ ਮੈਂ ਸੌਰੀ ਕਹਿ ਦਿੰਦਾ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਸਾਡੀਆਂ ਟਿਕਟਾਂ ਟੁਕਟਾਂ ਕੀਤੀਆਂ ਸੀ ਮੇਰੇ ਵੱਲੋਂ ਵੀ ਸੌਰੀ ਸਾਰਿਆਂ ਨੂੰ ਹਾਂਜੀ ਤੇ ਉਹ ਤੀਜੀ ਸਿੰਘ ਵੱਲੋਂ ਸੌਰੀ ਜਿਨ੍ਹਾਂ ਨੇ ਆਪੇ ਕੈਂਸਲ ਕੀਤਾ ਪ੍ਰੋਗਰਾਮ ਅੱਜ ਅੱਧਾ ਘੰਟਾ ਗੱਡੀ ਚਲਾਈ ਆ ਤੇ ਕੈਪੂਚੀਨੋ ਕਹਿੰਦੇ ਪੀਣੀ ਆ ਹੁਣ ਹਾਂਜੀ ਮੈਨੂੰ 15 ਮਿੰਟ ਹੋ ਗਏ ਭਾਜੀ ਵੀਡੀਓ ਬਣਾਉਂਦੇ ਨੂੰ ਬੋਲੋ ਕੁਛ ਆਪਾਂ ਰੁਕੇ ਥੋੜਾ ਜਿਹਾ ਆਟੋ ਗ੍ਰਿਲ ਤੇ ਇੱਥੇ ਕਾਫੀ ਪੀਵਾਂਗੇ ਜੀ ਕਿਉਂਕਿ ਇਹਨੇ ਸਿੰਘ ਨੇ ਅੱਜ ਬਹੁਤ ਕਮਾਲ ਦੀਆਂ ਚੀਜ਼ਾਂ ਸੁਣਾਈਆਂ ਸੁਣ ਸੁਣ ਮੈਨੂੰ ਨੀਂਦ ਆਉਣ ਡੈ ਪਈ ਕਰਕੇ ਅੱਖ ਖੁੱਲਦੀ ਸੀ ਮੈਂ ਕਹਿੰਦਾ ਵਾਹ ਵਾਹ ਯਾਰ ਤਾਂ ਹੀ ਮੈਂ ਕਹੋ ਭਾਜੀ 5 ਮਿੰਟ ਬਾਅਦ ਵਾਹ 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 ਮਾ ਕੈਪੂਚੀਨੋ 2 ਕੱਪ 2 ਕੈਪੂਚੀਨੋ ਦੇ ਸਾਈਜ਼ ਮੀਡੀਅਮ ਪਲੀਜ਼ ਸਹੀ ਹੈ ਮਿੱਠੀ ਆ ਮਿੱਠੀ ਆ ਮਿੱਠੀ ਆ ਨਹੀਂ ਨਹੀਂ ਮੈਂ ਨਹੀਂ ਚਲਾਉਣੀ ਮਾਲਕ ਮਾਲਕ ਜੀ ਖੁਦ ਗੱਡੀ ਚਲਾਓ ਇੱਕ ਹੱਥ ਕਾਫੀ ਆ ਤੇ ਇੱਕ ਹੱਥ ਹੁਣ ਕੈਮਰਾ ਆ ਵੀਆਈਪੀ ਸਰਵਿਸ ਅਰੇ ਵਾਹ ਜੀ ਵਾਹ ਕੀ ਬਾਤ ਕੀ ਬਾਤ ਵੈਲਕਮ ਟਿਪ ਬਾਅਦ ਦੇਣੇ ਦਾ ਨਾ ਬੈਗ ਚੱਕ ਲਏ ਕਿ ਰਹਿੰਦੇ ਨਹੀਂ ਬੈਗ ਰਹਿਣ ਦੋ ਉੱਥੇ ਨਹੀਂ ਨਹੀਂ ਮੈਂ ਕਰ ਲੈਣਾ ਬੰਦ ਕਰ ਲੈਣਾ ਨਹੀਂ ਬੰਦ ਕਰਾਂਗਾ ਅੱਛਾ ਓਏ ਹੋਏ ਇੰਨਾ ਮਾਣ ਸਤਕਾਰ ਹਾਂਜੀ ਬੈਲਟ ਵੀ ਲਾ ਦਈਏ ਨਹੀਂ ਮੈਂ ਅਪਾਹਜ ਨਹੀਂ ਆ ਮੈਂ ਵੀ ਤੁਹਾਨੂੰ ਰਿਸਪੈਕਟ ਦੇ ਰਿਹਾ ਦੇਖੋ ਤੁਹਾਡੇ ਬੈਠਣ ਤੱਕ ਦੀ ਵੀਡੀਓ ਬਣਾ ਰਿਹਾ ਵਾਹ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ 2 ਘੰਟੇ ਕਹਿੰਦਾ ਪਿਆ ਜੀ ਬਸ ਸਹੀ ਆ ਪਹੁੰਚ ਗਏ ਫਿਰ ਆਪਾਂ ਗਏ ਪਾ ਦੋ ਨੈਵੀਗੇਸ਼ਨ ਆਪਾਂ ਵੈਨਿਸ ਸਿਟੀ ਦੇ ਵਿੱਚ ਐਂਟਰ ਕਰ ਗਏ ਆ ਬਟ ਪ੍ਰੋਬਲਮ ਇਹ ਆ ਕਿ ਉਹ ਦੇਖੋ ਬੱਦਲ ਅੱਜ ਕੁਦਰਤ ਨੇ ਸਾਡਾ ਸਾਥ ਇਹਨਾਂ ਨਹੀਂ ਦੇਣਾ ਬਟ ਕੁਦਰਤ ਦੇ ਨਿਯਮ ਆਪਾਂ ਕੁਦਰਤ ਦਾ ਸਾਥ ਜ਼ਰੂਰ ਦੇਵਾਂਗੇ ਜੋ ਵੀ ਆ ਭਾਣੇ ਦੇ ਵਿੱਚ ਆ ਵੈਨਿਸ ਸਿਟੀ ਆਪਾਂ ਜ਼ਰੂਰ ਐਕਸਪਲੋਰ ਕਰਨੀ ਆਪਾਂ ਹੁਣ ਪਾਣੀ 'ਚ ਚਲ ਜਾਣਾ ਥੋੜ੍ਹੇ ਚਿਰ ਆਹਾ ਕਿਆ ਬਾਤ ਇਹੋ ਹੀ ਪੁਲ ਜਿਹੜਾ ਵਾ ਵੈਨਿਸ ਸਿਟੀ ਨੂੰ ਜੋੜਦਾ ਹਨਾ ਜੀ ਹੋਰ ਕਿਸੇ ਬੰਨੇ ਕੋਈ ਡਾਇਰੈਕਸ਼ਨ ਨਹੀਂ ਇੱਧਰੋਂ ਹੀ ਅਪ ਟੂ 8 ਆਵਰਸ 28 ਯੂਰੋ ਅਪ ਟੂ 10 ਆਵਰਸ 35 ਯੂਰੋ ਅਪ ਟੂ 14 ਆਵਰਸ 50 ਯੂਰੋ ਸਰ ਮਿੱਤਰਾਂ ਨੂੰ ਦੱਸਿਓ ਨੇ ਬੁਕਿੰਗ ਚਾਹੀਦੀ ਜੀ 2 ਮੀਟਰ ਆ ਦੇਖਿਆ ਇੱਥੇ ਪਾਰਕਿੰਗ ਦਾ ਪੰਗਾ ਜੀ ਇੱਥੇ ਸਾਰੀਆਂ 2-2 ਮੀਟਰ ਹਾਈਟ ਵਾਲੀਆਂ ਪਾਰਕਿੰਗ ਕੈਂਪਰ ਕਿੱਥੇ ਖਲਾਰਨਾ ਸੀ ਕੈਂਪਰ ਤੇ ਮੈਨੂੰ ਲੱਗਦਾ ਕਿਤੇ ਪਿੱਛੇ ਖਲਾਰ ਗਾਉਣਾ ਪੈਣਾ ਸੀਗਾ ਇਸ ਵੇਲੇ ਹੈਗੇ ਅਸੀਂ ਇਸ ਪੋਜੀਸ਼ਨ ਤੇ ਓਕੇ ਤੇ ਜਿਨ ਆਪਾਂ ਜ਼ੂਮ ਆਊਟ ਕਰੀਏ ਆਇਆ ਕੱਲਾ ਸ਼ਹਿਰ ਆ 3-4 ਕਿਲੋਮੀਟਰ ਰੇਂਜ ਹੀ ਆ ਹਾਂਜੀ ਆਪਣੀ ਵਾਰੀ ਆ ਗਈ ਆ ਤੇ ਆਪਾਂ ਗੱਡੀ ਖਲਾਰੀਏ ਅੰਦਰ ਹਰਜੀਤ ਐਡਵੈਂਚਰਸ
ਪਾਣੀ ਵਾਲੇ ਸ਼ਹਿਰ ਚ ਸਾਡੀ ਹੋ ਗਈ ਹੈ ਐਂਟਰੀ, ਗੱਡੀ ਆਪਾਂ ਕਰ ਗਈ ਆ ਬਾਤ। ਆਹਾ ਦੇਖੋ ਸਿੰਘ ਦਾ ਰੰਗ ਕਿੱਦਾਂ ਖਿੜ ਗਿਆ, ਕਿਉਂ ਰੰਗ ਖਿੜ ਰਿਹਾ, ਜਿਹੜੀ ਅਸੀਂ ਲੋਕੇਸ਼ਨ ਦੇਖਣ ਡਿਆ ਉਹ ਦੇਖੋ। ਪਾਣੀ ਦਿਖਾਓ ਦੋਨੇ ਸਿੰਘਾਂ ਦਾ, ਕੱਠਿਆਂ ਦਾ ਹੀ ਪਿਆਰ ਪਿਆ ਜੇ। ਇੱਥੇ ਦੀ ਸਟੋਰੀ ਪੈ ਜਾਵੇ ਤਾਂ ਪਤਾ ਲੱਗ ਜਾਂਦਾ ਵੀ ਵਿਨਿਸ ਆ ਗਏ। ਉਹ ਜਿਹੜਾ ਚਰਚ ਹੈ ਨਾ, ਉਸ ਤੋਂ ਜ਼ਿਆਦਾ ਆਈਡੈਂਟੀਫਾਈ ਹੋ ਜਾਂਦਾ। ਉਹ ਵਾਲਾ ਹਰੇ ਵਾਲਾ ਕਿੰਨਾ ਕੁ ਪੁਰਾਣਾ ਸ਼ਹਿਰ ਆ ਇਹ, ਡਿਫਿਕਲਟ। ਹਾਂਜੀ ਭਾਜੀ, ਹਿਸਟਰੀ ਦੇ ਕੁਐਸਚਨ ਪੁੱਛਦੇ ਜਿਹੜੇ ਔਖੇ ਔਖੇ ਆ, ਨਹੀਂ ਮੈਂ ਪ੍ਰਿਪੇਅਰ ਨਹੀਂ ਭਾਜੀ। ਨੈਕਸਟ ਟ੍ਰਿਪ ਤੇ ਨਾ ਮੈਨੂੰ ਪਹਿਲੇ ਦੱਸਿਆ ਕਰੋ ਵੀ ਅਗਲੇ ਦਿਨ ਅਸੀਂ ਉੱਥੇ ਜਾਣਾ। ਯਾਰ ਕੋਈ ਜ਼ਰੂਰੀ ਨਹੀਂ, ਵੈਸੇ ਪੁੱਛ ਲਿਆ, ਕੋਈ ਗੱਲ ਨਹੀਂ। ਆਪਾਂ ਕਿਹੜਾ ਜੀ ਹਿਸਟਰੀ ਦੀ ਕਲਾਸ ਖੋਲ ਕੇ ਬੈਠੇ ਆ। 6-700 ਸਾਲ ਪੁਰਾਣਾ, 700 ਸਾਲ ਦਾ ਪੁਰਾਣਾ ਹੋਣਾ। ਔਰ ਸੋਚੋ ਬਣੀ ਕਿੱਦਾਂ, ਕੰਸਟਰਕਸ਼ਨ ਕਿੱਦਾਂ, ਕਿਉਂਕਿ ਦੇਖੋ ਇੱਥੇ ਹਜੇ ਇੰਨਾ ਨਹੀਂ ਪਤਾ ਲੱਗਦਾ ਪਿਆ, ਪਰ ਉਧਰਲੇ ਪਾਸੇ ਆਪਾਂ ਦਿਖਾਉਂਗੇ, ਅੱਗੇ ਜਾ ਕੇ ਪਤਾ ਲੱਗਦਾ ਘਰ ਦੀ ਬਾਉਂਡਰੀ ਪ੍ਰੋਪਰ ਪਾਣੀ ਦੇ ਵਿੱਚ ਹੈ। ਜੇ ਘਰ ਦੇ ਦਰਵਾਜ਼ੇ ਦੇ ਬਾਹਰ ਆਪਾਂ ਨਿਕਲੀਏ ਤੇ ਪ੍ਰੋਪਰ ਬੋਟ ਦੇ ਵਿੱਚ ਐਂਟਰ ਹੋਣਾ ਪੈਂਦਾ ਪਿੱਛੇ, ਜਿੱਦਾਂ ਉਹ ਦੇਖ ਸਕਦੇ ਆ ਉਧਰਲੇ ਪਾਸੇ ਦਿਸਦਾ ਪਿਆ। ਹਾਂਜੀ, ਉਹ ਪ੍ਰੋਪਰ ਪਾਣੀ ਦੇ ਵਿੱਚ ਹੀ ਬਾਉਂਡਰੀ, ਇਟਲੀ ਦੇ ਵਿੱਚ ਪਾਣੀ ਦੇ ਵਿੱਚ ਤੇ ਹੋਈ ਹੈ ਜੀ, ਪਾਣੀ ਦੇ ਵਿੱਚ ਹੀ ਹੈ ਜੀ। ਵਰਲਡ ਤੋਂ ਟੂਰਿਸਟ ਆਉਂਦਾ ਜੀ ਇੱਥੇ, ਹੁਣ ਵੀ ਦੇਖ ਲਓ ਆਪਾਂ ਅਕਤੂਬਰ ਦੇ ਐਂਡ ਦੇ ਵਿੱਚ ਆ। ਹੁਣ ਅੱਜ ਕੱਲ ਕਾਫੀ ਇੱਕ ਯੂਟਿਊਬਰ ਛਾਏ ਆ, ਹਾਂਜੀ ਐਡਵੈਂਚਰ ਇਦਾਂ ਕਰਕੇ ਨਾ ਉਹਨਾਂ ਦਾ ਕੋਈ ਨਹੀਂ। ਯਾਰ ਉਹ ਕਾਫੀ ਫੇਮਸ ਬੰਦਾ ਆ ਗਿਆ ਯੂਟਿਊਬ ਤੇ, ਪਤਾ ਕਿੰਨੇ ਲੋਕ ਵੇਖਦੇ ਉਹਨੂੰ, 500-2000 ਬੰਦਾ ਵੇਖ ਰਿਹਾ ਉਹਨਾਂ ਦੇ ਯੂਟਿਊਬ ਤੇ। ਅੱਜ ਦੀ ਵੀਡੀਓ ਦਾ ਲਾਈਕ ਕੀ ਹੋਣਾ ਚਾਹੀਦਾ ਫਿਰ? ਅੱਜ ਦੀ ਵੀਡੀਓ ਦਾ ਲਾਈਕ ਭਾਜੀ ਨੂੰ ਪੁੱਛਦੇ ਆ। ਭਾਜੀ ਤੁਸੀਂ ਸਾਨੂੰ ਦੱਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਪਾਉਣੀ ਹੈ ਇਹਦਾ ਕਿੰਨੇ ਲਾਈਕ ਟਾਰਗੇਟ ਤੁਸੀਂ ਦਿਓਗੇ ਸਾਨੂੰ? ਮੇਰੇ ਹਿਸਾਬ ਨਾਲ ਤਾਂ 10-15 ਮਿਲੀਅਨ ਹੋਣੇ ਚਾਹੀਦੇ। ਓਹ 10-15 ਮਿਲੀਅਨ ਦਾ ਭਾਜੀ ਟਾਰਗੇਟ ਮਿਲ ਗਿਆ, ਥੋੜਾ ਜ਼ਿਆਦਾ ਹੋ ਗਿਆ ਭਾਈ, ਜ਼ਿਆਦਾ ਹੋ ਗਿਆ, ਥੋੜਾ ਬਲੌਗ ਕਰ ਦਿੰਦਾ ਹੈਗਾ, ਥੋੜਾ ਘਟਾ ਲਓ ਭਾਜੀ, ਕਿੰਨੇ 15,000 ਬਹੁਤ ਆ, ਨਿਊਜ਼ੀਲੈਂਡ ਵਾਲੇ ਕਰੂਗੇ ਬਿਲਕੁਲ। ਅੱਜ ਆਪਾਂ ਜਾਣਾ ਭਾਜੀ ਸਮ ਮਾਰਕੋ, ਪਿਆਸਾ ਸਮ ਮਾਰਕੋ। ਇੱਥੇ ਅਸੀਂ ਗੱਡੀ ਪਾਰ ਕੀਤੀ ਆ, ਉੱਥੋਂ ਜੇ ਪਿਆਸਾ ਸਮ ਮਾਰਕੋ ਜਾਣਾ ਕਿੰਨਾ ਕੁ ਟਾਈਮ ਦਾ ਰਸਤਾ? ਤੁਰ ਕੇ ਭਾਜੀ ਅੱਧਾ ਕੁ ਘੰਟਾ ਲੱਗ ਹੀ ਜਾਂਦਾ। ਆਹ ਦੇਖੋ ਭਾਜੀ ਇੱਥੇ ਜਾਣਾ ਆਪਾਂ, ਅਰੇ ਵਾਹ, ਆਹ ਹੈਗਾ ਪਿਆਸਾ ਸਮ ਮਾਰਕੋ। ਇੱਥੇ ਦੇਖੋ ਇੱਕ ਟਾਈਮ ਤੇ ਪਾਣੀ ਆ ਗਿਆ ਸੀਗਾ ਪਿਆਸੇ ਦੇ ਵਿੱਚ, ਉਦੋਂ ਦੀ ਫੋਟੋ ਹੈ ਇਹ। ਆਹ ਤੁਸੀਂ ਯਾਦ ਰੱਖਿਓ ਆਹ ਵਾਲੇ ਪਿੱਲਰ, ਆਹ ਸ਼ੇਰ ਯਾਦ ਰੱਖਿਓ, ਉਹ ਪਿੱਲਰ ਯਾਦ ਰੱਖਿਓ, ਹਾਂਜੀ ਭਾਲਾ ਫੜ ਕੇ, ਬਸ 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 ਇਹ ਤੁਸੀਂ ਯਾਦ ਰੱਖਿਓ, ਉੱਥੇ ਜਾ ਕੇ ਤੁਹਾਨੂੰ ਮੈਂ ਰੇਲ ਚ ਦਿਖਾਉਂਗਾ। ਇੱਥੇ ਦਾ ਕਾਰਨੀਵਲ ਫੈਸਟੀਵਲ ਬਹੁਤ ਫੇਮਸ ਹੈ। ਆਹ ਦੇਖੋ ਜਿੱਦਾਂ ਇੱਥੇ ਆ ਜਿਹੜੇ ਜਿੰਨੇ ਵੀ ਮੁਖੜੇ ਵਗੈਰਾ ਨਾ, ਇੱਥੇ ਦੀ ਸਪੈਸ਼ਲਿਟੀ ਹੈ ਇਹ। ਓਕੇ, ਮਾਸਕ ਵਗੈਰਾ ਪਾ ਕੇ ਉਹ ਇਕੱਠੇ ਹੋ ਕੇ ਫਿਰ ਜਿੱਦਾਂ ਖੁਸ਼ੀ ਮਨਾਉਂਦੇ ਆ। ਅੱਛਾ, ਕਦੀ ਇਦਾਂ ਦਾ ਸੀਨ ਹੋਇਆ ਕਿ ਇਸ ਸਿਟੀ ਦੇ ਵਿੱਚ ਪਾਣੀ ਉੱਪਰ ਤੱਕ ਆ ਗਿਆ ਹੋਵੇ ਤੇ ਲੋਕਾਂ ਨੂੰ ਇੱਥੋਂ ਬਾਹਰ ਜਾਣਾ ਪਵੇ? ਪਿੱਛੇ ਜੇ ਇੱਕ ਵਾਰ ਇਦਾਂ ਹੋਇਆ ਸੀਗਾ ਵੀ ਪਾਣੀ ਕਾਫੀ ਇੱਥੇ ਵੱਧ ਗਿਆ ਸੀਗਾ, ਪਰ ਇੱਥੇ ਯੂਜ਼ ਟੂ ਆ ਜਿਹੜੇ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਪਤਾ, ਉਹਨਾਂ ਨੇ ਆਪਣੇ ਇਕੁਇਪਮੈਂਟਸ ਇਦਾਂ ਦੇ ਰੱਖੇ ਆ, ਸਿਚੁਏਸ਼ਨ ਇਦਾਂ ਦੀ ਆ ਜਾਵੇ ਤਾਂ ਉਹਨਾਂ ਨੂੰ ਰੈਸਕਿਊ ਕਰਨ ਲਈ ਸਿਸਟਮ ਪ੍ਰੋਪਰ ਗਵਰਨਮੈਂਟ ਨੇ ਬਣਾਇਆ। ਲੋਕਲ ਇੱਥੇ ਦਾ ਪਾਸਤਾ, ਆ ਦੇਖੋ ਪੁਰਾਣੇ ਸਟਾਈਲ ਦੀਆਂ ਬੈਲਾਂ, ਆ ਇਹਨਾਂ ਦਾ ਪੋਸਟ ਬਾਕਸ, ਆ ਦੇਖੋ ਨਾਮ ਲਿਖੇ ਨਾ, ਬਹੁਤ ਬ੍ਰਿਜ ਬਣੇ ਹੋਏ ਇੱਥੇ। ਹਾਂਜੀ, ਓਏ ਵਾਹ ਦੇਖੋ ਕਿੱਡੇ ਕਮਾਲ ਦਾ, ਜਦੋਂ ਤੁਸੀਂ ਬੋਰਡ ਦੇ ਵਿੱਚੋਂ ਲੰਘ ਕੇ ਜਾਵਾਂਗੇ ਤੇ ਕਿੰਨੇ ਕਮਾਲ ਦਾ ਬ੍ਰਿਜ ਲੱਗਦਾ ਹੋਏਗਾ। ਇੱਧਰ ਵੀ ਦੇਖੋ। ਅੱਛਾ, ਵੱਡੀਆਂ ਜਿਹੜੀਆਂ ਸ਼ਿਪ ਨਹੀਂ ਆਉਂਦੀਆਂ? ਵੱਡੀਆਂ ਸ਼ਿਪ ਇੱਥੇ ਨਹੀਂ ਆਉਂਦੀਆਂ, ਵੱਡੀਆਂ ਸ਼ਿਪ ਉਹ ਦੂਜੇ ਪਾਸੇ ਜਿੱਥੇ ਆਪਾਂ ਜਾ ਰਹੇ ਹਾਂ ਨਾ, ਹਾਂਜੀ ਉੱਥੋਂ ਨਾਲ ਫਿਰ ਸੀ ਪੋਰਟ ਆ ਨਾ, ਉੱਥੇ ਹੀ ਆਉਂਦੀਆਂ। ਆਹ ਦੇਖੋ ਸਾਰੇ ਉਹ ਕਿੰਨੇ ਬ੍ਰਿਜ ਹੈ, 1, 2, 3, 4। ਅੱਛਾ ਇੱਕ ਗੱਲ ਆ ਨਿੰਦਰ ਸਿੰਘ ਜੀ, ਮੇਰੇ ਜਿਹੜੇ ਦਰਸ਼ਕ ਆ ਨਾ ਯੂਟਿਊਬ ਦੇ, ਤੁਸੀਂ ਉਹਨਾਂ ਨੂੰ ਪਾ ਰਹੇ ਹੋ ਗੰਦੀ ਆਦਤ, ਹੁਣ ਤੇ ਤੁਸੀਂ ਅੱਜ ਆ ਜਿਹੜਾ ਕੈਮਰਾ ਫੜ ਕੇ ਮਗਰ ਤੁਰੀ ਆ ਰਹੇ ਹੋ ਤੇ ਬਾਅਦ 'ਚ ਕਿੰਨੇ ਫੜਨਾ ਜੇ ਕੈਮਰਾ। Thank you.
ਇੱਥੇ ਇਹਦੇ ਪ੍ਰਾਈਜ਼ ਲਿਖੇ ਹੋਏ ਆ। ਹਾਂਜੀ ਹਾਂਜੀ, ਅਸੀਂ ਤੇ ਚਲੋ ਵਿਆਹ ਸਾਡਾ ਹੋ ਗਿਆ, ਆਨੰਦ ਕਾਰਜ ਹੋ ਗਿਆ, ਜਿਨ੍ਹਾਂ ਨੇ ਅਜੇ ਵਿਆਹ ਕਰਾਉਣਾ ਅਨਿੰਦਰ ਸਿੰਘ ਤੁਹਾਡਾ ਆਨੰਦ ਕਾਰਜ ਹੋਣਾ। ਆਹ ਦੇਖਲਾ ਮਿੱਤਰ ਪੈ ਰਹੇ ਨਾਈਟ ਟੂਰ ਆ 100 ਯੂਰੋ ਦੇ ਵਿੱਚ। ਹਾਂਜੀ, ਕੰਜੂਸੀ ਨਹੀਂ ਕਰਨੀ, 35 ਮਿੰਟ ਦਾ ਟੂਰ ਹੋਣਾ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਤੇ ਸਵੇਰ ਦੇ 8 ਵਜੇ ਤੱਕ ਨਾਈਟ ਜਦੋਂ ਮਰਜ਼ੀ ਤੁਸੀਂ ਨਜ਼ਾਰੇ ਲੈ ਸਕਦੇ ਹੈ ਆਪਣੀ ਹੋਣ ਵਾਲੀ ਧਰਮ ਪਤਨੀ ਦੇ ਨਾਲ। ਆਹ ਵਾਹ, ਗੁੰਦੋਲਾ ਗੋਂਦੋਲਾ ਗੋਂਦੋਲਾ ਤਾਂ ਉਹ ਬਹਿ ਸਕਦੇ ਹੋ, ਦੇਖੋ 4-5 ਜਣੇ ਬਹਿ ਸਕਦੇ। ਬਾਕੀ ਉਹਨਾਂ ਨੇ ਜਿਹੜੇ ਮੇਨ ਸੋਫੇ ਆ ਉਹ ਢੱਕ ਕੇ ਰੱਖੇ ਆ, ਉਹ ਪ੍ਰੋਪਰ ਜਿੱਥੇ ਅਨਿੰਦਰ ਸਿੰਘ ਤੇ ਉਹਦੀ ਵਾਈਫ ਨੇ ਬਹਿਣਾ ਹੈ। ਅੱਛਾ, ਦੋ ਚੀਜ਼ਾਂ ਮੈਂ ਅਨਿੰਦਰ ਸਿੰਘ ਨੂੰ ਅੱਜ ਹੀ ਮੈਂ ਕਹਿ ਰਿਹਾ ਸਵੇਰੇ। ਇੱਕ ਅਨਿੰਦਰ ਸਿੰਘ ਦਾ ਆਨੰਦ ਕਾਰਜ ਅਸੀਂ ਕਿ ਅਨਿੰਦਰ ਸਿੰਘ ਉਹ ਕਰਾਉਣਾ ਆਪਾਂ ਲੀਕ ਦੇ ਕੰਢੇ ਦੇ, ਹਨਾ ਲੋਕੀ ਕਰਦੇ ਬੀਚ ਦੇ ਕੰਢੇ ਤੇ, ਅਸੀਂ ਕਰਨਾ ਲੀਕ ਦੇ ਕੰਢੇ ਦੇ ਜੀ। ਤੇ ਆਪਾਂ ਰਾਗੀ ਜਥਿਆਂ ਦਾ ਬਜਟ ਰੱਖਣਾ 10,000 ਯੂਰੋ ਦਾ ਘੱਟੋ ਘੱਟ। ਬਿਲਕੁਲ ਠੀਕ ਆ, ਕਿਉਂਕਿ ਦੇਖੋ ਜਿਹੜੇ ਜਿਹੜੇ ਰਾਗੀ ਸਿੰਘ ਹੁੰਦੇ ਆ ਨਾ, ਮੈਨੂੰ ਲੱਗਦਾ ਜੋ ਖੁਦ ਕੀਰਤਨ ਕਰਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਘੱਟੋ ਘੱਟ 4 ਘੰਟੇ ਚੌਂਗੜਾ ਮਰਾਉਣਾ ਚਾਹੀਦਾ ਦੋਨਾਂ ਜੀਆਂ ਨੂੰ। ਹੋਪਫੁਲੀ ਤੁਹਾਡੀ ਜਿਹੜੀ ਸਿੰਘਣੀ ਆ ਉਹ ਵੀ ਯੂਜ਼ ਟੂ ਹੋਵੇ ਚੌਂਗੜੇ ਵਿੱਚ ਚੌਂਗੜਾ ਮਾਰਨ ਨੂੰ, ਹੈ ਬਿਲਕੁਲ। ਤੇ 4 ਘੰਟੇ ਕਹਿਣਾ ਹੁਣ ਤੁਸੀਂ ਸੱਜੋ ਤੇ ਸੁਣੋ ਕੀਰਤਨ ਚੱਲਦਾ ਹੋਵੇ, ਫੇਰ ਤਾਂ ਚੜ੍ਹਦੀ ਗਲਾ ਅਨਿੰਦਰ ਸਿੰਘ ਦੇ ਬਹਿ ਜਾਣਾ। ਹੁਣ ਬਸ ਸਿੰਘਣੀ ਆਪਾਂ ਲੱਭਣੀ ਆ ਅਨਿੰਦਰ ਸਿੰਘ ਦੀ, ਜਿਹੜੀ ਖੁਦ ਕੀਰਤਨ ਕਰਦੀ ਹੋਵੇ ਤੇ ਚੌਂਗੜੇ ਦਾ ਅਭਿਆਸ ਹੋਵੇ ਜੀ, ਨਹੀਂ ਤੇ ਉਹਨੂੰ ਵਕਤ ਪੈ ਜਾਣਾ। ਉਹ ਮੇਰੇ ਨਾਲ ਭਰਾਵਾ ਇਦਾਂ ਹੋਇਆ, ਮੇਰਾ ਜੋ ਆਨੰਦ ਕਾਰਜ ਹੋਇਆ ਨਾ, ਹਾਂਜੀ ਆਨੰਦ ਕਾਰਜ ਹੋਇਆ ਮੇਤੇ ਚ। ਅੱਛਾ ਜੀ, ਆਪਣੇ ਪਰਮ ਮਿੱਤਰ ਨੇ ਭਾਈ ਤਰਸੇਮ ਸਿੰਘ ਮੋਰਾਂ ਵਾਲੀ ਹੈ, ਹਾਂਜੀ ਉਹਨਾਂ ਨੇ ਅਨਾਉਂਸ ਕਰਤਾ 4 ਦਿਨ ਪਹਿਲਾਂ ਮੀਟਿੰਗ ਜੋ ਉਹਨਾਂ ਦਾ ਸੀਗਾ ਆਪਣਾ ਪ੍ਰੋਗਰਾਮ ਸੀਗਾ, ਅਨਾਉਂਸ ਕਰਤਾ। ਚਲੋ ਮੈਂ ਸ਼ਾਰਟ ਦੀ ਗੱਲ ਖਤਮ ਕਰਦਾ, ਅਨਾਉਂਸ ਕਰਦਾ ਕਿ ਆਪਣੇ ਮਿੱਤਰ ਦਾ ਆਨੰਦ ਕਾਰਜ ਆ ਤੇ ਸੰਗਤਾਂ ਹੁੰਮ ਹੁੰਮ ਕੇ ਪਹੁੰਚੋ ਹੈ। ਤੇ ਭਾਈ ਤਰਸੇਮ ਸਿੰਘ ਮੋਰਾਂ ਵਾਲੇ ਲਾ ਲਿਆ ਦੀਵਾਨ ਸ਼ੁਰੂ ਉੱਥੇ ਜੀ, ਆਪਾਂ ਨੂੰ ਆਲਰੇਡੀ ਚੌਂਕੜਾ ਮਾਰਦੇ ਹੋ ਗਿਆ ਸੀ 1.5-2 ਘੰਟੇ ਤੇ ਭਾਈ ਸਾਹਿਬ ਨੇ ਦਿਮਾਗ ਲਾਇਆ 1.5-2 ਘੰਟੇ ਠੋਕੇ ਪੂਰਾ ਆਪਣਾ ਚੌਂਕੜਾ ਵਜਾ 4 ਘੰਟੇ ਦਾ ਉੱਥੇ। ਮੇਰੀ ਬਸ ਬਸ ਹੋ ਗਈ 2 ਘੰਟਿਆਂ ਬਾਅਦ ਚ, ਮੈਂ ਕਿਹਾ ਯਾਰ ਹੁਣ ਵਾਲੇ ਲੱਤਾਂ ਦਾ ਤਾਹ ਸਿੱਧੀਆਂ ਕਰੀਏ, ਬਸ ਇਦਾਂ ਦਾ ਮਾਹੌਲ ਬਣਾਉਣਾ ਆਪਾਂ ਅਨਿੰਦਰ ਸਿੰਘ ਦੇ ਆਨੰਦ ਕਾਰਜ। ਮੈਂ ਪ੍ਰੈਕਟਿਸ ਪਹਿਲੇ ਸ਼ੁਰੂ ਕਰ ਦਵਾਂ ਤੇ ਹੁਣ ਅਗਲੀ ਗੱਲ ਆ ਕਿ ਅਸੀਂ ਲੱਭਣੀ ਸਿੰਘਣੀ। ਹਾਂਜੀ, ਉਹਦੇ ਲਈ ਕੰਟੈਕਟ ਕਰਨ ਲਈ ਤੁਸੀਂ ਪੀਸੀ ਨਾਲ ਕੰਟੈਕਟ ਕਰੋ, ਇਹ ਆਪਾਂ ਕੱਟ ਦੇਵਾਂਗੇ ਵਿੱਚ। ਨਹੀਂ ਨਹੀਂ ਸਿੰਘ ਭਰਾਵਾ ਆਪ ਹੀ ਨਹੀਂ ਮੰਨਣ ਡਿਆ, ਅਸੀਂ ਤੇਰਾ ਕਹਿ ਰਹੇ। ਚਲੋ ਭਾਜੀ ਬਿਊਟੀ ਦੇਖੋ, ਹਾਂਜੀ ਰੰਗ ਬਰੰਗਾ ਉਹ ਹਵਾ ਚੱਲ ਪਈ ਨਾ, ਹਾਂਜੀ ਤੇ ਖਿੜਕੀਆਂ ਥਾੜ ਥਾੜ ਯਾਰ ਇਸ ਤਰੀਕੇ ਨਾਲ ਚੱਲ ਰਹੇ ਹੈ। 2 ਘੰਟੇ ਲਾਵਾਂਗੇ ਹੈ, ਹਰ ਨਾ ਰੁਕ ਜਾਈਦਾ ਅਸੀਂ 5 ਮਿੰਟਾਂ ਬਾਅਦ। ਭਾਜੀ ਵਧੀਆ ਚੀਜ਼ਾਂ ਇੰਨੀਆਂ ਤਾਂ ਦੇਖ ਕੇ ਸਹੀ ਗੱਲ ਜੀ ਕਰਦਾ ਵੀ ਰੁਕ ਕੇ ਦੇਖ। ਭਾਜੀ ਆਪਾਂ ਪਹਿਲੇ ਨਾ ਗਲਤ ਹੋ ਗਏ, ਰਿਆਲ ਤੋਂ ਬ੍ਰਿਜ ਅਸਲ ਚ ਉਹ ਵਾਲਾ ਬ੍ਰਿਜ ਆ, ਅਸਲ ਚ ਨਾ ਮੈਨੂੰ ਕਨਫਿਊਜ਼ਨ ਹੋ ਗਈ। ਹਾਂਜੀ ਹਾਂਜੀ, ਉਹ ਰਿਆਲ ਤੋਂ ਬ੍ਰਿਜ ਵੈਸੇ ਉਹੀ ਆ, ਉਹ ਸਾਹਮਣੇ ਵਾਲਾ। ਆਜੋ ਆਪਾਂ ਚੱਲਦੇ ਤੁਹਾਨੂੰ ਦਿਖਾਉਣਾ, ਉੱਥੋਂ ਵੀ ਬਹੁਤ ਸੋਹਣਾ ਵਿਊ ਦਿਸਦਾ। ਅੱਛਾ, ਜਨਤਾ ਦੇ ਪੱਕੀ ਟਿੱਕੀ ਹਿੱਲਣ ਨਹੀਂ ਡਿਆ ਕੋਈ, ਨਹੀਂ ਇੱਥੇ ਧੱਕੇ ਨਾਲ ਹੀ ਐਂਟਰ ਹੋਣਾ ਪੈਣਾ। ਅੱਛਾ ਆ ਦੇਖੋ ਮੈਂ ਜਗ੍ਹਾ ਬਣਾ ਕੇ ਦਿਖਾਉਣਾ। ਹਾਂਜੀ ਦਿਖਾਓ, ਅੱਗੇ ਜਾਓ। ਚੀਟ ਨੀ ਕਰਨਾ ਅੱਜ, ਪਰ ਆ ਦੇਖੋ ਚੋਕਲੇਟ ਫੈਕਟਰੀ ਨਹੀਂ, ਆਪਾਂ ਚੀਟ ਨੀ ਕਰਨਾ ਭਾਵੇਂ ਉਹ ਟਰਾਈ ਕਰਾਉਂਦੇ। No, thank you. I'm on a diet. Thank you. Yeah. He's on a diet. ਦੇਖ ਲੋ ਭਾਈ, ਦੇਖ ਲੋ ਡੈਡੀਕੇਸ਼ਨ, ਉਹ ਵੀ ਫ੍ਰੀ ਜੀ ਸਾਹਿਬ। ਭਾਜੀ ਮੈਂ ਕਹਿੰਦਾ ਚਲੀਏ, ਜਿਸ ਹਿਸਾਬ ਨਾਲ ਚੋਕਲੇਟ ਡਿੱਗਦੀ ਵੀ ਨਾ ਇੱਥੇ ਆ ਜਾਓ ਮੈਂ। ਚਲੋ 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 ਸਰ, ਚਲੋ ਚਲੋ ਭਾਜੀ ਛਕੀਏ ਕੁਛ, ਆਹ ਜਗ੍ਹਾ ਮੈਨੂੰ ਸਹੀ ਲੱਗਦੀ, ਇੱਥੇ ਬਹਿੰਦੇ ਆਪਾਂ। ਆਹ ਮਾਤਾ ਜੀ ਨੇ ਨਾ ਨਾਲ ਬਣਾ ਕੇ ਦਿੱਤਾ ਸੀਗਾ, ਇੱਕ ਨਾਲ ਇਹ ਅਨਿੰਦਰ ਸਿੰਘ ਦੇ ਕਹਿਣ ਤੇ ਕਸਟਰਡ ਬਣਾਇਆ। ਮੀਲ ਆਪਣਾ ਹੋ ਗਿਆ ਜੀ, ਉਹ ਜਗ੍ਹਾ ਤੇ ਬਹਿ ਕੇ ਛਕਿਆ ਸੀ ਆਪਾਂ ਮੀਲ ਤੇ। ਯਾਰ ਇੱਕ ਨਾਲੇ ਨਾ ਅਨਿੰਦਰ ਦੇ ਮਾਤਾ ਜੀ ਹੁਣ ਅਜੇ ਤੱਕ ਮੈਂ ਇੰਟਰੋਡਿਊਸ ਨਹੀਂ ਕਰਾਇਆ ਤੁਹਾਨੂੰ,
ਤੋ ਹੋਪਫੁਲੀ ਕੱਲ ਜਦੋਂ ਆਪਾਂ ਜਾਣਾ ਵਾ ਉਦੋਂ ਇੰਟਰੋਡਿਊਸ ਕਰਾ ਦੂੰਗਾ। ਤੇ ਮਾਤਾ ਜੀ ਥੈਂਕ ਯੂ, ਤੁਸੀਂ ਇੰਨਾ ਵਧੀਆ ਮੀਲ ਸਾਡੇ ਲਈ ਤਿਆਰ ਕੀਤਾ ਮਾਤਾ ਜੀ ਕੱਲ ਨਾ ਜਦੋਂ ਅਸੀਂ ਦੱਸਿਆ ਨਿੰਦਰ ਸਿੰਘ ਨੇ ਤਾਂ ਆਰਡਰ ਹੀ ਮਾਰ ਕਸਟਰਡ ਬਣਾ ਦਿਓ ਮਾਤਾ ਮਾਤਾ ਜੀ ਵਿਚਾਰੇ ਦੇਖ ਕੜਛੀਆਂ ਰਾਤ ਹੀ ਮਾਰਨ ਡਿਆ ਪਿਆ ਹਨਾ ਘੱਟੋ ਘੱਟ ਮੈਨੂੰ ਲੱਗਦਾ ਦੋ ਘੰਟੇ ਤੇ ਮਾਤਾ ਜੀ ਕਿਚਨ ਚ ਖੜਦੇ ਫਿਰ ਮੁੜ ਕੇ ਮਾਤਾ ਜੀ ਉੱਪਰ ਚੱਲ ਕੇ ਪਿਤਾ ਜੀ ਆ ਗਏ ਉਹ ਡਾਬੇ ਕੜਛੀ ਮਾਰਨ। ਮੈਂ ਸੋਚਣ ਡਿਆ ਬਣ ਕੀ ਰਿਹਾ ਵਾ ਅੱਜ ਪਤਾ ਲੱਗਾ ਵੀ ਇਹ ਐਵੇਂ ਨੀ ਇੰਨਾ ਸਵਾਦ ਲੱਗਣ ਡਿਆ ਕਸਟਰਡ ਕਿਉਂਕਿ ਮਾਤਾ ਜੀ ਉਹਨਾਂ ਨੇ ਮਿਹਨਤ ਕੀਤੀ। ਥੈਂਕ ਯੂ ਮਾਤਾ ਜੀ, ਬਹੁਤ ਬਹੁਤ ਧੰਨਵਾਦ। ਇੱਥੋਂ ਰਹਿ ਗਿਆ ਸਿਰਫ 300 ਮੀਟਰ ਹਨਾ। ਹਾਂਜੀ 300 ਚਲੋ 300 ਮੀਟਰ ਤੇ ਆਪਾਂ ਫਿਰ ਮਾਰੀ ਚੱਲ। ਓਏ ਹੋਏ ਹੋਏ ਦਿਖਾ ਦਈਏ ਭਾਜੀ ਫਿਰ ਦਿਖਾਓ ਯਾਰ ਦਿਖਾਓ ਕਿਆ ਬਾਤ। ਯਾਦ ਆ ਜਦ ਆਪਾਂ ਸ਼ੁਰੂ ਚ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਹ ਚੀਜ਼ ਯਾਦ ਰੱਖਿਓ, ਉਹ ਹੁਣ ਇੱਥੇ ਲੱਭ ਕੇ ਦਿਖਾਓ ਕਿੱਥੇ ਆ। ਅੱਛਾ ਉਹ ਦੋਨੇ ਚੀਜ਼ਾਂ ਹਾਂ ਲੱਭ ਲਿਆ, ਸ਼ੇਰ ਉਹ ਜਿਹੜਾ ਪਾਲਾ ਫੜ ਕੇ ਯੋਧਾ ਖੜਾ ਜੀ ਉਹੀ ਆ ਬਸ। ਤੇ ਆਹ ਵਾਲਾ ਸੀਗਾ ਸਟਰਕਚਰ, ਹਾਂਜੀ ਆਹ ਇੱਥੇ ਸੀਗਾ ਪਾਣੀ ਆਇਆ ਜ਼ਿਆਦਾ ਜ਼ਿਆਦਾ। ਆਹ ਵਾ ਜੀ ਪਿਆਸਾ ਸਨ ਮਾਰਕੋ ਜੀ, ਅਸੀਂ ਇੰਨੀ ਲੰਮੀ ਵਾਕ ਕਰਕੇ ਰਸਤੇ ਦੇ ਵਿੱਚ ਘੁੰਮਦੇ ਫਿਰਦੇ ਇਸ ਲੋਕੇਸ਼ਨ ਤੇ ਪਹੁੰਚ ਗਏ ਆ। ਫੀਲ ਵੀ ਆਪਣਾ ਲੈ ਲਿਆ ਤੇ ਇੱਥੋਂ ਦੀ ਵਾਈਬ ਇੱਥੋਂ ਦਾ ਮਾਹੌਲ ਬਾਹ ਕਮਾਲ ਚੱਲ ਰਿਹਾ ਹੈ। ਇੱਕ ਵਾਰ ਘੁੰਮ ਕੇ ਤੁਸੀਂ ਦਿਖਾਓ ਸਾਰਾ ਵਿਊ ਆ ਲਓ ਜੀ ਸਾਰਾ 360 ਜੀ। ਵਾਹ ਜੀ ਆ ਮੇਨ ਪਿਆਸਾ ਹੈ, ਇਹਦੇ ਇੱਕ ਪਾਸੇ ਆ ਸਾਰੀ ਬਿਲਡਿੰਗ ਹੈ ਤੇ ਉਹ ਪਿੱਛੇ ਹੈਗੀ ਚਰਚ ਜਿਹੜੀ ਹੈਗੀ ਚਰਚ ਚਰਚ ਤੇ ਤੁਸੀਂ ਦੇਖ ਸਕਦੇ ਆ ਉਹ ਬਾਅਦ ਚ ਕੋਲ ਜਾ ਕੇ ਦਿਖਾਵਾਂਗੇ ਸਿਨੇਮੈਟਿਕ। ਉਹ ਬੱਲੇ ਉਹ ਦੇਖੋ ਯਾਰ ਇੱਥੋਂ ਦਿਖਾਣਾ ਪੋਰਟ ਹੈਗੇ ਜਿੱਥੋਂ ਆਪਣੀਆਂ ਸ਼ਿਪਾਂ ਵਗੈਰਾ ਚੱਲਦੀਆਂ, ਇਹ ਤੋਂ ਬਾਅਦ ਫਿਰ ਸਮੁੰਦਰ ਹੀ ਸਾਰਾ ਸ਼ੁਰੂ ਆ। ਮਤਲਬ ਇੱਥੇ ਐਂਡ ਵਾ ਸਿਟੀ ਦਾ ਜੀ, ਸਿਟੀ ਦਾ ਐਂਡ ਹੈ। ਇਹ ਤੋਂ ਬਾਅਦ ਫਿਰ ਛੋਟੇ ਆਈਲੈਂਡ ਜਿਹੜੇ ਆ ਉਹ ਸ਼ੁਰੂ ਹੁੰਦੇ ਜਿੱਦਾਂ ਮੁਰਾਨੋ ਹੋ ਗਿਆ ਜੋ ਕੱਚ ਵਾਲੀ ਫੈਕਟਰੀ ਉਹ ਸਾਰੇ ਮੁਰਾਨੋ ਦੇ ਵਿੱਚ ਹੈਗੀ ਆ। ਦੇਖੋ ਆਹ ਫੋਟੋ ਦੇਖੋ, ਉਹ ਨਹੀਂ ਭਰਾਵਾ ਉਹ ਨਹੀਂ ਮੈਂ ਆ ਧੱਕੇ ਨਾਲ ਯਾਰ ਫੋਟੋ ਆ ਦੇਖੋ ਮੈਂ ਨਹੀਂ ਲੈਣੀ ਫੋਟੋ ਯਾਰ, ਮੈਂ ਸੋਚਣਾ ਮੈਨੂੰ ਹੈਲੋ ਕਰ ਰਹੇ ਮੈਂ ਹੱਥ ਕੀਤਾ ਉਹਨੇ ਲਾ ਕੇ ਚੌੜ ਰੱਖਤੇ ਉੱਪਰ ਭਾਜੀ ਕੈਮਰਾ ਹਿੱਲ ਗਿਆ ਕਬੂਤਰ ਕੀ ਦਿਖਾਇਆ ਤੁਸੀਂ ਲਓ ਜੀ ਇੱਥੇ ਲੱਗਦਾ ਦਰਬਾਰ ਸਾਹਿਬ ਆਏ ਆ। ਪਾਕਿਸਤਾਨ ਜਾ ਕੇ ਦਰਸ਼ਨ ਕਰਨੇ ਗੁਰੂ ਧਾਮਾਂ ਦੇ ਫਿਰ ਦਰਬਾਰ ਸਾਹਿਬ ਕਿਆ ਫੀਲਿੰਗ ਹੋਣੀ ਆ ਤੇ ਪਰਕਰਮਾ ਦੇ ਬਹਿ ਗਏ ਹੋਏ ਹੋਏ ਰਾਤ ਪੂਰੀ ਕੀਰਤਨ ਸੁਣਨਾ ਵਾਹ। ਆਪਾਂ ਸ਼ਿਪ ਟੂਰ ਕਰਦੇ ਨਾ ਫਿਰ ਵੈਨਿਸ ਸਿਟੀ ਨਹੀਂ ਘੁੰਮਿਆ ਨਹੀਂ ਸਾਡੇ ਕੋਲ, ਪਰ ਵੈਨਿਸ ਸਿਟੀ ਜਿੰਨੀ ਆਪਾਂ ਐਕਸਪਲੋਰ ਕਰ ਲਿਆ ਜਿੰਨੇ ਵਜੇ ਨਾਲ ਘੁੰਮਿਆ ਉਹ ਸਿਟੀ ਨਹੀਂ ਘੁੰਮਿਆ ਨੇ। ਆਓ ਜੀ ਇੱਥੋਂ ਆਪਾਂ ਚੱਲੇ ਹਾਂ ਹੁਣ ਪੋਰ ਦੇ ਨੌਨ ਨੇ, ਇੱਥੋਂ ਇੱਕ ਘੰਟੇ ਦਾ ਰਸਤਾ ਉੱਥੋਂ ਦਾ, ਉੱਥੇ ਰਹਿੰਦੇ ਨੇ ਸਾਡੇ ਚਾਚਾ ਜੀ, ਮਿਲ ਕੇ ਚਾਚਾ ਜੀ ਹੁਣਾਂ ਨੂੰ ਸਾਰੀ ਫੈਮਿਲੀ ਨੂੰ, ਫਿਰ ਆਪਾਂ ਅੱਗੇ ਚੱਲਾਂਗੇ ਜਿੱਥੇ ਮਹਾਰਾਜ ਅੱਗੇ ਲੈ ਕੇ ਜਾਣਗੇ ਕਿਉਂਕਿ ਅਜੇ ਪਲਾਨ ਤਾਂ ਕਾਫੀ ਬਣਾਏ ਆ। ਹੁਣ ਦੇਖੋ ਕਿੱਥੋਂ ਕਿੱਥੋਂ ਤੱਕ ਸਾਡੇ ਕੋਲ ਕਵਰ ਹੋਇਆ ਜਾਂਦਾ, ਜੇ ਜੋਰਾਵਰ ਸਿੰਘ ਕੋਲ ਜਾਣਾ ਉਹਨਾਂ ਨੇ ਘੋੜਾ ਨਵਾਂ ਖਰੀਦਿਆ, ਬਟ ਜਿਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਮੈਨੂੰ ਲੱਗਦਾ ਨਹੀਂ ਕਿ ਸਾਰੇ ਥਾਂ ਤੇ ਸਾਡੇ ਕੋਲ ਜਾਇਆ ਜਾਣਾ, ਕਿਉਂ ਨਿੰਦਰ ਸਿੰਘ ਮੇਰੇ ਹਿਸਾਬ ਨਾਲ ਔਖਾ ਭਾਜੀ ਹਨਾ। ਹਾਂਜੀ ਸੱਤ ਵੱਜ ਚੁੱਕੇ ਨੇ, ਸੱਤ ਇੱਥੇ ਵੱਜ ਗਏ ਨੇ ਤੇ ਘੰਟਾ ਸਾਨੂੰ ਉੱਧਰ ਜਾਣ ਲੱਗਣਾ 8 ਵੱਜ ਜਾਣੇ ਆ, ਉਸ ਤੋਂ ਬਾਅਦ ਅਸੀਂ ਬੈਠਾਂਗੇ ਥੋੜਾ ਚਿਰ ਅੱਧਾ ਪੌਣਾ ਘੰਟਾ, 8:30 9 ਵੱਜ ਗਏ ਤੇ ਜੋਰਾਵਰ ਸਿੰਘ ਹੁਣਾਂ ਕੋਲ ਜਾਣ ਦਾ ਟਾਈਮ ਸੀਗਾ 7 ਵਜੇ ਦਾ, 7 ਦੇ ਇੱਥੇ ਵੱਜ ਗਏ। ਚਲੋ ਛੱਡਦੀ ਕਲਾ ਫਿਰ ਕਹਿਤਾ ਜਿੱਦਾਂ ਮਹਾਰਾਜ ਨੂੰ ਪਾਊਗਾ ਅੱਗੇ ਜੀ। ਜਿੱਥੇ ਅਸੀਂ ਜਾਣਾ ਉਹਦੇ ਰਹਿ ਗਏ ਨੇ 49 ਮਿੰਟ ਬਸ। ਆਹ ਵਾ ਸੀਨ ਯਾਰ, ਬੜ ਜੋ ਇਟਲੀ ਦੇ ਵਿੱਚ ਦੇ ਪੈਸੇ ਤਾਰੀ ਆ, ਤੇਰੇ ਆਪਾਂ 14 ਤਾਰੇ ਆ, ਹੁਣ 6:50 ਤਾਰਨੇ ਆ, ਫਿਰ 14 ਵਾਪਸ ਵੀ ਤਾਰਨੇ ਆ। ਕਿੱਦਾਂ ਦੀ ਕੰਟਰੀ ਰਹਿੰਦੇ ਤੁਸੀਂ ਯਾਰ? ਹਾਂ ਭਾਈ ਰਿਚ ਬੰਦੇ, ਕਾਹਦੇ ਰਿਚ ਬੰਦੇ ਯਾਰ, ਕੰਟਰੀ ਵਾਲੇ ਅਸੀਂ ਪੈਸੇ ਲਈ ਜਾਂਦੇ, ਕੰਟਰੀ ਵਾਲੇ ਤੇ ਰਿਚ ਹੈ ਯਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੇ ਜੀ ਸਾਡੇ ਚਾਚਾ ਜੀ। ਸਵਾਲ ਆਇਆ ਜੀ ਮਿਹਰ ਕੌਰ ਦੇ, ਮੈਂ ਲੱਗਿਆ ਮਾਸੜ ਜੀ ਹਨਾ। ਹਾਂ ਦੱਸੋ ਹੁਣ ਅੱਗੇ ਕਿਰਨ ਨੂੰ ਪੁੱਛਿਆ ਤੇ ਕਿਰਨ ਨੇ ਤੇ ਦੱਸਤਾ ਇਟਾਲੀਅਨ ਦੇ ਵਿੱਚ ਕੀ ਦੱਸਿਆ, ਹੈਂ
ਪਣੀਵੀ ਲੱਗਦੀ। ਹਾਂਜੀ ਚਾਚਾ ਜੀ ਪਤਾ ਮੈਨੂੰ ਵੀ ਨਹੀਂ ਸੀ, ਮੈਂ ਵੀ ਤਰੀਕੇ ਜਿਹੜਾ ਸਵਾਲ ਪੁੱਛਿਆ ਵੀ ਓਕੇ ਵੀ ਹੁਣ ਪਹਿਲਾਂ ਨਿੰਦਰ ਸਿੰਘ ਤੋਂ ਸ਼ੁਰੂ ਕਰਦੇ ਆ ਫਿਰ ਕਿਤੇ ਨਾ ਕਿਤੇ ਜਵਾਬ ਮੈਨੂੰ ਮਿਲ ਜਾਊਗਾ। ਅੱਛਾ ਮੇਰੀ ਤੁਸੀਂ ਕਹਿ ਤਾ ਵੀ ਪਣੀਵੀ ਲੱਗੀ ਹੈਨਾ ਚਮਕ ਕਰ ਰਹੇ ਤੇ ਰੀਅਲ ਚ ਗੱਲਬਾਤ ਨਹੀਂ ਹੈਗੀ ਕੀ ਸਾਹਿਬ? ਕੈਮਰੇ ਨਾਲ ਚਮਕ ਰਿਹਾ ਦੇਖੋ ਰੀਅਲ ਚ ਤਾਂ ਨਹੀਂ ਨਹੀਂ ਤੁਹਾਡੀਆਂ ਜਿਹੜੀਆਂ ਅੱਖਾਂ ਵਾ ਨਾ ਉਹ ਚ ਥੋੜੀ ਜਿਹੀ ਪ੍ਰੋਬਲਮ, ਐਨਕ ਲਾ ਕੇ ਗੱਲ ਕਰੋ ਤੁਸੀਂ, ਐਨਕ ਲਾਈ ਹੋਈ ਹੈ। ਓ ਸੌਰੀ, ਅੱਛਾ ਅੱਛਾ ਹੁਣ ਗੱਲ ਇਦਾਂ, ਅੱਜ ਮੈਨੂੰ ਮਿਲਿਆ ਮੇਰੀ ਚਾਚੀ ਤੋਂ ਪਿਆਰ ਪਹਿਲੀ ਵਾਰੀ ਇੰਨਾ ਜ਼ਿਆਦਾ, ਠੀਕ ਆ। ਹਮੇਸ਼ਾ ਜਦੋਂ ਮੈਂ ਆਉਂਦਾ ਹੁੰਦਾ ਸੀ ਜਾਂ ਚਾਚੀ ਜੀ, ਹਾਂਜੀ ਸਾਰੇ ਅਸੀਸ ਬਰਸਿਓ ਮੇਰੇ ਪੁੱਤ ਨੂੰ। ਹਾਂਜੀ ਇਹ ਦੇਵਤਾ ਜੀ, ਚਾਚੀ ਜੀ ਨੇ ਸਾਨੂੰ ਢੇਰ ਸਾਰਾ ਪਿਆਰ, ਕਹਿੰਦੇ ਵੀ ਇੰਡੀਆ ਤੱਕ ਜਾਂਦੇ ਸ਼ਗੋ ਤੇ ਮੇਰੇ ਕੋਲ ਇੰਡੀਆ ਤੱਕ ਜਾਂਦੇ ਮਹਾਂ ਖਤਮ ਹੋਣੇ, ਰੋਜ਼ ਇੱਕ ਖਾਊਂਗਾ ਅਤੇ ਮੇਰੇ ਜਿਹੜੇ ਰਹਿੰਦੀ ਹੈ 90 ਦਿਨ 90 ਦਿਨ ਲਗਾਤਾਰ ਆ ਪੈਕੇ ਛਕੀ ਜਾਣਾ ਡਾਇਟ ਦੇ ਵਿੱਚ ਰਹਿ ਕੇ, ਠੀਕ ਹੈ ਸਿੰਘ ਸਾਹਿਬ? ਇਹ ਡਾਇਟ 'ਚ ਉਹ ਡੱਬੇ ਵੇਖ ਲਓ, ਅਜੇ ਵੀ ਉੱਥੇ ਪਏ ਡੱਬੇ ਨੇ ਜੀ ਖੜੇ, ਆਹ ਡੱਬਾ ਖੜੇ। ਵੀਡੀਓ ਬੰਦ ਕਰਨ ਤੋਂ ਬਾਅਦ ਨਾ 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 ਆਹ ਖੁਦ ਮੈਂ ਦਰਵਾਜ਼ਾ ਖੋਲ ਰਿਹਾ, ਆਪਾਂ ਜਾ ਰਹੇ ਹਾਂ, ਲਾਈਵ ਵੀਡੀਓ ਚੱਲੇਗੀ ਹੁਣ ਇੱਦਾਂ ਕਿੰਨਾ ਚਿਰ ਤੱਕ। ਓਕੇ ਚਾਚਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 12 ਘੰਟੇ ਦਾ ਟੂਰ ਕਰਕੇ ਆਏ ਹਾਂ, ਸਵੇਰੇ ਆਪਾਂ ਇੱਥੋਂ ਚੱਲੇ ਸੀ 11:30 'ਤੇ, ਵਾਪਸ ਆਏ ਆਪਾਂ 11:40 'ਤੇ, 12 ਘੰਟੇ ਹੋ ਗਏ ਆ। ਅੱਜ ਦਾ ਦਿਨ ਸਾਡਾ ਬਾ ਕਮਾਲ ਸੀਗਾ, ਨਿੰਦਰ ਸਿੰਘ ਦੀ ਕੰਪਨੀ ਬਹੁਤ ਵਧੀਆ ਰਹੀ, ਨਾਲੇ ਆਪਾਂ ਚਾਚਾ ਜੀ ਹੋਣਾ ਕੋਲ ਹੋ ਆਏ, ਹੋਰ ਚਲੋ ਸਿੰਘਾਂ ਕੋਲ ਨਹੀਂ ਜਾਇਆ ਗਿਆ, ਵੀ ਸਾਰੇ ਸਿੰਘਾਂ ਨੂੰ, ਇਟਲੀ ਦੇ ਸਿੰਘਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਵੀ ਪ੍ਰੋਗਰਾਮ ਬਣਾਏ ਸੀ ਉਹਨਾਂ ਲਈ ਭਰਾ ਇੱਕ ਹੱਥ ਜੋੜ ਕੇ, ਕਿਉਂਕਿ ਦੂਜਿਆਂ 'ਚ ਫੋਨ ਫੜਿਆ, ਆਲੋ ਦੋ ਹੱਥ ਜੋੜ ਕੇ ਆਪਾਂ ਮਾਫ਼ੀ ਮੰਗਦੇ ਹਾਂ, ਅਤੇ ਨੈਕਸਟ ਟਾਈਮ ਮਹਾਰਾਜ ਕਿਰਪਾ ਕਰਨ 'ਤੇ ਆਪਾਂ ਪ੍ਰੋਗਰਾਮ ਬਣਾਵਾਂਗੇ। ਇਟਲੀ ਦਾ ਅੱਜ ਮੇਰਾ ਲਾਸਟ ਦਿਨ ਸੀ ਇੱਥੇ, ਕੱਲ੍ਹ ਨੂੰ ਆਪਾਂ ਸਲੋਵੇਨੀਆ ਐਂਟਰ ਕਰ ਜਾਣਾ। ਅੱਜ ਦੀ ਵੀਡੀਓ ਫਿਰ ਇੱਥੇ ਖਤਮ ਕਰ ਦਿੰਦੇ ਹਾਂ, ਫਿਰ ਹੁਣ ਵੈਨਿਸ ਵਾਲੀ ਵੀਡੀਓ ਲੱਗੂਗੀ। ਸਿਟੀ ਆਪਾਂ ਐਕਸਪਲੋਰ ਕਰ ਲਈ ਆ, ਮਜ਼ਾ ਆ ਗਿਆ ਸਿਟੀ ਦੇ ਵਿੱਚ ਆਣ ਕੇ। ਅਨਿੰਦਰ ਸਿੰਘ ਜੀ ਕਹਿ ਰਹੇ ਸੀ ਕਿ ਅੱਜ ਦੀ ਵੀਡੀਓ ਦਾ ਇੱਥੇ ਆਪਾਂ ਐਂਡ ਕਰ ਦਈਏ, ਕਿਉਂਕਿ ਲੋਕੇਸ਼ਨ ਬੜੀ ਬਾ ਕਮਾਲ ਆ, ਉੱਦਾਂ ਆਪਾਂ ਇੱਥੋਂ ਅੱਗੇ ਹੋਰ ਵੀ ਜਾਣਾ ਅਜੇ, ਤੋ ਇਸ ਸਿਟੀ ਨੂੰ ਵੀ 100 'ਚ 100 ਨੰਬਰ ਜੀ। ਅੱਜ ਇਟਲੀ ਦੀ ਮੇਰੀ ਫਾਈਨਲ ਅਤੇ ਜਿਹੜੀ ਲਾਸਟ ਲੋਕੇਸ਼ਨ ਸੀ ਇੱਥੇ ਵੈਨਿਸ ਤੋਂ, ਹੁਣ ਅੱਗੇ ਆਪਾਂ ਚਲੇ ਜਾਣਾ ਜੀ ਸਲਵੇਨੀਆ ਕੰਟਰੀ ਦੇ ਵਿੱਚ ਐਂਟਰ ਕਰ ਦੇਣਾ। ਅਤੇ ਜੋ ਵੀ ਅੱਜ ਜਿਹੜੇ ਆਪਣੇ ਵੀਰ ਆਏ ਸਨ ਨਿਊਜ਼ੀਲੈਂਡ ਤੋਂ, ਉਹਨਾਂ ਨੇ ਟਾਰਗੇਟ ਤੁਹਾਨੂੰ ਦੇ ਤਾ 15,000 ਲਾਈਕਸ ਦਾ, ਤੋ 15,000 ਤਾਂ ਬਹੁਤ ਜ਼ਿਆਦਾ ਮੇਰੇ ਵਾਸਤੇ, ਤੁਸੀਂ ਇਸ ਵੀਡੀਓ ਦੇ ਜੇ 2,000 ਵੀ ਲਾਈਕਸ ਕਰ ਦਿਉ ਤਾਂ ਆਪਾਂ ਖੁਸ਼ ਹਾਂ, ਬਾਕੀ ਜੇ 15,000 ਸਿੰਘ ਦਾ ਉਹਦਾ ਵੀਰ ਦਾ ਜੇ ਚੈਲੰਜ ਪੂਰਾ ਕਰ ਦਿੰਦੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਤੋ ਅੱਜ ਦੀ ਵੀਡੀਓ ਦੇ ਇੱਥੇ ਆਪਾਂ ਐਂਡ ਕਰਦੇ ਹਾਂ ਜੀ, ਤੁਸੀਂ ਯਾਰ ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਦੇ ਆਨੰਦ ਮਾਣਦੇ ਰਹੋ, ਘੁੰਮੋ ਫਿਰੋ, ਇੰਜੋਏ ਕਰੋ, ਨਾਲ ਕਿਰਤ ਕਮਾਈਆਂ ਕਰੋ। ਟਿਲ ਦੈਨ ਸੀ ਯੂ ਇਨ ਦਾ ਨੈਕਸਟ ਵੀਡੀਓ।